ਸੋ ਦੋਸਤੋ ਹਾਲ ਦੀ ਘੜੀ ਨਿੰਜਾ ਜੋ ਪੰਜਾਬ ਦੇ ਪ੍ਰਸਿੱਧ ਗਾਇਕਾਂ ਦੇ ਵਿੱਚੋਂ ਇੱਕ ਨੇ ਅਤੇ ਪਾਕਿਸਤਾਨੀ ਕਲਾਕਾਰ ਬਿਲਾਲ ਸਈਦ ਕਾਫੀ ਲੋਕਾਂ ਤੋਂ ਪਿਆਰ ਹੈ ਜਿਹੜਾ ਬਟੋਰੇ ਹੈ ਇਹਦਾ ਕਾਰਨ ਹੈ ਇੱਕ ਦੂਜੇ ਨੂੰ ਇਹਨਾਂ ਵੱਲੋਂ ਜਿਹੜੀ ਜੱਫੀ ਜੜੀ ਪਾਈ ਗਈ ਹੈ ਸੋ ਕੈਨੇਡਾ ਦੇ ਵਿੱਚ ਕੰਸਟੈਂਟ ਸ਼ੋ ਹੈ ਜਿਹੜਾ ਹੋਇਆ ਸੀ ਨੋ ਬਾਉਂਡਰੀਜ਼ ਦਾ ਜਿੱਥੇ ਇਹ ਕਲਾਕਾਰ ਸੀ ਜਿਹੜੇ ਇਕੱਠੇ ਹੋਏ ਸੀਗੇ ਆਪਣੇ ਆਪਣੇ ਪਰਫਾਰਮੈਂਸ ਜਿਹੜੀ ਇਹਨਾਂ ਕਲਾਕਾਰਾਂ ਨੇ ਦਿੱਤੀ ਸੀ ਸੋ ਇੱਕ ਚੜ੍ਹਦੇ ਪੰਜਾਬ ਦਾ ਕਲਾਕਾਰ ਹੈ ਤੇ ਦੂਜਾ ਲੈਣਦੇ ਪੰਜਾਬ ਦਾ ਚੜਦਾ ਪੰਜਾਬ ਜਾਨੀ ਕਿ ਪੰਜਾਬ ਲੈਂਦਾ ਪੰਜਾਬ ਜਾਨੀ ਕਿ ਪਾਕਿਸਤਾਨ ਤਾਂ ਇਹਨਾਂ ਦਰਮਿਆਨ ਜਦੋਂ ਪਾਕਿਸਤਾਨੀ ਕਲਾਕਾਰ ਨੇ ਨਿੰਜੇ ਨੂੰ ਸੁਣਿਆ ਉਹਨਾਂ ਦੀ ਪਰਫਾਰਮੈਂਸ ਦੇਖੀ ਤਾਂ ਕਾਫੀ ਉਹਨਾਂ ਨੇ ਨਿੰਜੇ ਦੀ ਪ੍ਰਸ਼ੰਸਾ ਜਿਹੜੀ ਕੀਤੀ ਹੈ ਤਾਂ ਇਸ ਤੋਂ ਬਾਅਦ ਉਹ ਇੱਕ ਦੂਜੇ ਦੇ ਗਲੇ ਲੱਗੇ ਤਾਂ ਇਸ ਤੋਂ ਬਾਅਦ ਜਿਵੇਂ ਇਹ ਸੋਸ਼ਲ ਮੀਡੀਆ ਤੇ ਫੋਟੋਆਂ ਆਉਂਦੀਆਂ ਤਾਂ ਲੋਕ ਖੂਬ ਜਿਹੜਾ ਪਿਆਰ ਹੈ ਇਹਨਾਂ ਦੋਵੇਂ ਕਲਾਕਾਰ ਨੂੰ ਦੇ ਰਿਹਾ ਸੋ ਇੰਜ ਲੱਗ ਰਿਹਾ ਸੀ ਕਿ ਪੰਜਾਬ ਤੇ ਪਾਕਿਸਤਾਨ ਆ ਜਿਹੜੇ ਇਕੱਠੇ ਹੋ ਗਏ ਸੋ ਜਿਹੜੀਆਂ ਸਰਹੱਦਾਂ ਇਹ ਵਿੱਚ ਖਿੱਚੀਆਂ ਗਈਆਂ ਨੇ ਇਹ ਸਿਆਸਤ ਦੀਆਂ ਸਰਹੱਦਾਂ ਨੇ ਜਿਹੜੀਆਂ ਸਿਆਸਤੀ ਲੋਕਾਂ ਦੇ ਦੁਆਰਾ ਖਿੱਚੀਆਂ ਗਈਆਂ ਨੇ ਚਾਹੇ ਲੋਕ ਪੰਜਾਬ ਦੇ ਹੋਣ ਚਾਹੇ ਪੰਜਾਬ ਪਾਕਿਸਤਾਨ ਦੇ ਇੱਕ ਦੂਜੇ ਦੇ ਦਿਲਾਂ ਦੇ ਵਿੱਚ ਪਿਆਰ ਹੈ ਜਿਹੜਾ ਕੁੱਟ-ਕੁੱਟ ਕੇ ਪਰਿਆ ਹੋਇਆ ਹੈ ਹਾਲੀ ਦੇ ਵਿੱਚ ਬਿਲਾਲ ਸਈਦ ਦਾ ਗਾਣਾ ਉੱਡਦੀ ਫਿਰਾ ਸੁਨੰਦਾ ਸ਼ਰਮਾ ਦੇ ਨਾਲ ਰਿਲੀਜ਼ ਹੋਇਆ ਜਿਹਨੂੰ ਲੋਕਾਂ ਦੁਆਰਾ ਕਾਫੀ ਪਸੰਦ ਇਹ ਜਿਹੜਾ ਕੀਤਾ ਜਾ ਰਿਹਾ ਹੈ